بسم اللہ الرحمن الرحیم 7ویں سمسٹر کورس ٹائٹل ہے تحقیق دی تحقیق دے اصول اسی تحقیق دے طریقہ کار تے مراحل پڑھ رہے سی تے لے سی موضوع تن گران بارے پڑھیا ہے موضوع دے چناؤ تن گران دے منتخب کرن توں بعد جڑا طریقہ کار وچ مرحلہ آندا اے اوے خاکہ نگاری خاکہ جنو انگریزی وچ ਸਾਈਨੌਪਸਿਸ ਵੀ ਕਿਹਾ ਜਾਂਦਾ ਹੈ ਤੇ ਲੁਗਤ ਵਿੱਚ ਇਹਨੂੰ ਖਾਕਾ ਆਖਦੇ ਨੇ। ਹਾਕੇ ਦਾ ਮਤਲਬ ਹੈ ਮੁਖ्तसर بیان ਕਰਨਾ ਜਾਂ ਕਿਸੇ ਖਾਸ ਤਰਤੀਬ ਨਾਲ تصور تحقیق ਨੂੰ ਤਰਤੀਬ ਦੇਣਾ। ਇਹ ਪੂਰਾ ਤਰੀਕਾ ਹੈ ਕਾਰ ਖਾਕਾ کہلਾਂਦਾ ਹੈ। ਹਾਕਾ ਇੱਕ ਅਜਿਹਾ ਪਹਿਲਾ ਕਦਮ ਹੈ ਜਿਹਦੀ تشਹੀਸ ਦੇ ਬਾਅਦ ਮਕਾਲੇ ਦੀ ਇੱਕ ਫਾਰਮ ਸਾਹਮਣੇ ਆ ਜਾਂਦੀ ਹੈ ਐਤੀ ਤਖਲੀਕ ਤੋਂ ਬਾਅਦ ਤਹਿਕੀਕੀ ਅਮਲ ਬਹੁਤ ਆਸਾਨ ਤੇ ਨਿਖਰਿਆ ਹੋਇਆ ਸਾਡੇ ਸਾਹਮਣੇ ਆ ਜਾਂਦਾ ਹੈ ਇਹ ਗੱਲ ਮਕਾਲੇ ਦੀ ਤਰਤੀਬ ਦਾ ਅਮਲ ਹੈ ਤੇ ਇਸ ਦੇ ਵਿੱਚ ਕੁਝ ਗੱਲਾਂ ਦਾ ਖਿਆਲ ਰੱਖਣਾ ਅਤ ਜ਼ਰੂਰੀ ਹੈ ਪਹਿਲਾ ਇਹ ਇਲਮ ਤੇ ਅਬੂਰ ਹਾਸਿਲ ਹੋਵੇ ਦੂਜਾ ਹੈ ਖਾਕੇ ਦੀ ਤਕਸੀਮ ਖਾਕੇ ਦੀ ਤਕਸੀਮ ਜਰੀਏ ਆਮੂਮੀ ਤੌਰ ਤੇ ਦੋ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ ਪਹਿਲੀ ਰਫ ਤੇ ਦੂਜੀ ਅਸਨ ਰਫ ਤੋਂ ਮਰਾਦੇ ਕਿ ਇੱਕ ਥਾੜਾ ਜਿਹਾ ਖਾਕਾ ਬੰਦਾ ਹੈ ਉਹ ਤਹਿਕੀਕ ਦਾ ਕੰਮ ਜੋ ਸ਼ੁਰੂ ਕੀਤਾ ਜਾਂਦਾ ਹੈ ਉਦੋਂ ਇੱਕ ਹਿਸਾਬ ਨਾਲ ਇੱਕ ਜਿਹਨੂੰ ਅਸੀਂ ਕਹਿ ਜਾਈਏ ਤਸਵੁਰ ਦੇ ਤੌਰ ਤੇ ਤਸਵੂਰ ਤੇ ਤਹਿਕੀਕ ਦੇ ਤੌਰ ਤੇ ਕਿ ਅਸੀਂ ਕਿਹੜਾ ਕਿਹੜਾ ਮਰਹਲਾ ਅਪਣਾਣਾ ਹੈ ਜਾਂ ਮੌਜੂਦਾ ਕਿੰਨੇ ਹਿੱਸਿਆਂ ਵਿੱਚ ਉਹਨੂੰ ਤਕਸੀਮ ਕਰਨਾ ਹੈ ਉਹਦੀ ਚੈਪਟਰਾਈਜੇਸ਼ਨ ਕਿਸ ਤਰ੍ਹਾਂ ਕਰਨੀ ਹੈ ਕਿਹੜੀ ਕਿਹੜੀ ਕਿਤਾਬ ਕਿਹੜੇ ਕਿਹੜੇ ادارے ਜਾਂ ਕਿਹੜੀ ਕਿਹੜੀ ਲਾਇਬ੍ਰੇਰੀ ਤੋਂ ਅਸੀਂ ਮਦਦ ਲੈਣੀ ਹੈ ਮਵਾਦ ਇਕੱਠਾ ਕਰਨਾ ਹੈ ਇਹ ਰਫ ਇੱਕ ਹਾਕਾ ਹੁੰਦਾ ਹੈ ਇੱਕ ਹਾਕਾ ਹੁੰਦਾ ਹੈ ਅਸਲ ਹਾਕਾ ਜਿਹਨੂੰ ਅਸੀਂ ਫਾਈਨਲ ਹਾਕਾ ਵੀ ਕਹਿੰਦੇ ਹਾਂ ਇਹ ਤਹਿਕੀਕ ਦਾ ਕੰਮ ਜਦੋਂ ਮੁਕੰਮਲ ਹੋ ਜਾਂਦਾ ਹੈ ਉਹ ਤੋਂ ਬਾਅਦ ਖਾਕੇ ਵਿੱਚ ਥੋੜੀ ਬਹੁਤ ਰਦੋ ਬਦਲ ਕਰਕੇ ਕਾਂਡ ਛਾਂਟ ਕਰਕੇ ਇੱਕ ਫਾਈਨਲ ਖਾਕਾ ਬਣਾਇਆ ਜਾਂਦਾ ਹੈ ਤੇਜੀ ਜਿਹਰੀ ਗੱਲ ਹੈ ਖਾਕਾ ਨਗਾਰੀ ਵਿੱਚ ਜਿੰਨੂੰ ਮਤੇ ਨਜ਼ਰ ਰੱਖਣਾ ਜ਼ਰੂਰੀ ਹੈ ਉਹ ਮਵاد ਮਵاد ਨੂੰ ਇੰਤਹਾਈ ਤਵੱਜਹ ਨਾਲ ਇਕੱਠਾ ਕਰਨਾ ਚਾਹੀਦਾ ਹੈ ਉਸ ਤੋਂ ਬਾਅਦ ਇਕੱਠੇ ਕੀਤੇ ਗਏ ਮਵਾਦ ਦੀ ਤਸਵੀਰ ਕੀਤੀ ਜਾਂਦੀ ਹੈ ਖਾਕੇ ਦੀ ਜਿਹੜੀ ਤਿਆਰੀ ਹੈ ਉਹ ਤਿੰਨ ਮੰਜ਼ਲਾਂ ਜਾਂ ਤਿੰਨ ਹਿੱਸਿਆਂ ਵਿੱਚ ਕੀਤੀ ਜਾਂਦੀ ਹੈ ਯਾਨੀ ਪਹਿਲੀ ਹੁੰਦੀ ਹੈ ਮਵਾਦ ਦੀ ਫਰਾਹਮੀ ਤੋਂ ਪਹਿਲੇ ਵਾਲੀ ਐਬਸਟ੍ਰੈਕਟ ਜਾਂ ਖੁਲਾਸਾ ਜਿਹਨੂੰ ਟਾਂਚਾ ਵੀ ਕਿਹਾ ਜਾਂਦਾ ਹੈ ਮਵਾਦ ਦੀ ਫਰਾਹਮੀ ਤੇ ਮੁਤਾਲਿਆ ਤਸਵੀਰ ਦੇ ਬਾਅਦ ਤਸਵੀਰ ਕਰਨਾ ਖਾਕਾ ਤਿਆਰ ਕਰਨ ਵੇਲੇ ਜ਼ਮਾਨੀ ਤਰਤੀਬ ਦਾ ਖਿਆਲ ਰੱਖਣਾ बहुत ज़्यादा जरूरी है अबवाब की निशानदेही तो बाद जेली अबवाब जे अबुआब ने निशानदेही करना ना मालूम तो मालूम न तलाश करना सादा तो पेचीदा दो या दो तो वैवान का तकबल करना आम शह तो खास वल सफर करना ਸਟੇਟਮੈਂਟ ਆਫ ਦਾ ਪ੍ਰੋਬਲਮ ਯਾਨੀ ਕੀ ਸੀ ਕਿਉਂ ਸੀ ਕਿਵੇਂ ਹੋਇਆ ਕਿਵੇਂ ਹੋਵੇਗਾ ਵਗੈਰਾ ਤੇ ਅਸਬਾਬ ਤੋਂ ਨਤੀਜਾ ਆਖਸ ਕਰਨਾ